ਇਸ ਵੇਲੇ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ। ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ। ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ। ਥੋੜੀ ਜਿਹੀ ਚਲਾ ਕੇ ਤੇ ਉਹ ਵਾਪਸ ਜਿਹੜੇ ਜਾਣਾ ਨਾ, ਜਿਵੇਂ ਤੇਲ ਮਿੱਟੀ ਦਾ, ਉਹਦੇ ਸਸਾ ਮਿੱਟੀ ਦਾ ਤੇਲ ਲਿਆ ਕੇ ਨਾ ਉਹਨੇ ਕੰਡੇ ਪਿੰਡਾਂ ਕਰਦਾ ਉੱਥੇ ਸਿੱਟ ਕੇ ਜਾ ਕੇ ਲਾਈ ਕਰੀ। ਜਲੰਧਰ ਆ ਕੇ ਰਹੇ ਨਾ ਜੀ, ਉੱਥੇ ਜਨਾਜੀ ਨਾ ਮਤਲਬ ਕਿਸੇ ਦੀ ਬਾਂਹ ਕੱਟੀ ਹੁੰਦੀ ਸੀ ਬੁੜੀ ਦੀ, ਅਤੇ ਕਿਸੇ ਦੀ ਜਨਾਜੀ ਹੱਥ ਕੱਟਿਆ ਹੁੰਦਾ ਸੀ, ਕਿਸੇ ਦੀ ਲੱਤ ਕੱਟੀ ਹੁੰਦੀ। ਘੋੜਾ ਰੱਖਿਆ ਸੀ ਜੀ? ਘੋੜਾ ਰੱਖਿਆ। ਬਜਵਾੜੇ ਦਾ ਉਸ ਸਮੇਂ ਦਾ ਹੁਸ਼ਿਆਰਪੁਰ ਦਾ ਕਿਰਾਇਆ ਕਿੰਨਾ ਸੀ, ਕੋਈ ਯਾਦ ਹੈ ਜੀ? ਉਹਦਾ 94 ਹੁੰਦੀ ਸੀ। ਬਜਵਾੜੇ ਹੁਸ਼ਿਆਰਪੁਰ ਕਿੰਨੇ ਮੀਲ ਸੀ? 2.5 ਮੀਲ। ਪਾਕਿਸਤਾਨ ਬਣ ਗਿਆ। ਹਾਂਜੀ। ਤੁਸੀਂ ਫਿਰ ਕਦੀ ਬਜਵਾੜਾ ਵੇਖਣ ਗਏ? ਨਹੀਂ, ਬਜਵਾੜਾ ਮੁੜ ਕੇ ਕਿਹਨੇ ਦੇਖਣਾ। ਨਹੀਂ ਵੇਖਿਆ ਆਪਣਾ ਪਿੰਡ ਜੀ? ਨਹੀਂ। ਤੇ ਹੁਣ ਦਿਲ ਕਰਦਾ ਜੀ? ਬਹੁਤ ਕਰਦਾ। ਉੱਥੇ ਅਸਲਾਮ ਅਲੈਕੁਮ ਜੀ। ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਹਾਜ਼ਰੇ ਖਿਦਮਤ ਆ। ਅੱਜ ਅਸੀਂ ਫਿਰ ਉਸ 47 ਦੇ ਵੇਲੇ ਨੂੰ ਜਦੋਂ ਯਾਦ ਕਰੀਦਾ, ਅੱਜ ਜਿਹੜੇ ਬਜ਼ੁਰਗ ਆ ਇਹ ਸਾਨੂੰ ਬੜੇ ਯਾਦ ਆਉਂਦੇ ਆ, ਕਿਉਂਕਿ ਇਹਨਾਂ ਨੇ 47 ਦਾ ਵੇਲਾ ਵੇਖਿਆ। ਉਹ ਵੇਲਾ ਵੇਖਿਆ ਜਿਸ ਵੇਲੇ 'ਚ ਹਮੇਸ਼ਾ ਪਿਆਰ ਹੀ ਰਹਿੰਦਾ ਸੀ, ਪਿਆਰ ਹੀ ਵਿਕਦਾ ਸੀ, ਨਫ਼ਰਤਾਂ ਨਹੀਂ ਸੀ। ਫਿਰ ਉਹ ਕੀ ਗੱਲ ਬਣੀ ਕਿ ਪਿਆਰ ਨਫ਼ਰਤ 'ਚ ਆਇਆ? ਉਹ ਨਫ਼ਰਤ ਐਸੀ ਫੈਲੀ ਕਿ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ। ਪੰਜਾਬੀ ਨੇ ਹੀ ਪੰਜਾਬ 'ਤੇ ਵਾਰ ਕੀਤਾ। ਅੱਜ ਕੋਸ਼ਿਸ਼ ਕਰਾਂਗੇ ਉਸ 47 ਦੇ ਵੇਲੇ ਦੀਆਂ ਅਸੀਂ ਗੱਲਾਂ ਨੂੰ ਖੋਲੀਏ ਜਿਹੜੀਆਂ ਸਾਨੂੰ ਹੁਣ ਇਹਨਾਂ ਬਜ਼ੁਰਗਾਂ ਕੋਲ ਮਿਲਦੀਆਂ। ਆਓ ਫਿਰ ਸਾਂਝ ਪਾਉਂਦੇ ਹਾਂ 47 ਦੇ ਵੇਲੇ ਦੀ ਇਹਨਾਂ ਬਜ਼ੁਰਗਾਂ ਦੇ ਨਾਲ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਨਾਮ ਜੀ ਆਪਣਾ? ਰਸ਼ੀਦ ਅਹਿਮਦ ਬਿਲਵਾੜੀ। ਤੁਹਾਡੇ ਬਾਪ ਦਾ ਕੀ ਨਾਮ ਆ ਜੀ? ਗੁਲਾਮ ਮੁਹੰਮਦ। ਤੁਹਾਡੀ ਮਾਂ ਦਾ? ਅਲੀਜ਼ਾ ਬੇਗਮ। ਆਪਣੀ ਕੌਮ ਕੀ ਆ ਜੀ? ਅਰਾਈ। ਜਿਹੜੇ ਇਸ ਪਿੰਡ ਵਿੱਚ ਬੈਠੇ ਆ, ਇਸ ਪਿੰਡ ਦਾ ਕੀ ਨਾਮ ਆ ਜੀ? 365 ਬੇਗਮ। ਇਹਦੀ ਤਹਿਸੀਲ ਕੀ ਆ ਜੀ? ਬੂਰਾ। ਬੂਰੇ ਵਾਲਾ? ਹਾਂਜੀ। ਜ਼ਿਲ੍ਹਾ? ਜ਼ਿਲ੍ਹਾ ਬਿਹਾੜੀ। ਜ਼ਿਲ੍ਹਾ ਬਿਹਾੜੀ। ਬਾਬਾ ਜੀ 1947 ਦੇ ਵੇਲੇ ਦਾ ਤੁਹਾਨੂੰ ਪਤਾ? ਪਤਾ। ਤੁਹਾਨੂੰ ਸੁਰਤਾ? ਸੁਰਤਾ। ਸੱਜਣ ਵੇਲੀਓ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਇਹ ਬਜ਼ੁਰਗਾਂ ਦੇ ਕਮਰ 'ਤੇ ਯਾਨੀ ਰੀੜ੍ਹ ਦੀ ਹੱਡੀ 'ਤੇ ਕੁਛ ਦਿਨਾਂ ਤੋਂ ਚੋਟ ਆਈ ਹੋਈ ਆ, ਜਿਹਦੀ ਵਜ੍ਹਾ ਨਾਲ ਇਹ ਬਜ਼ੁਰਗ ਇਸ ਟਾਈਮ ਬੈਠਣ ਤੋਂ ਕਾਸਰ ਆ, ਯਾਨੀ ਬੈਠਦੇ ਆ ਤਾਂ ਇਹਨਾਂ ਨੂੰ ਤਕਲੀਫ ਸ਼ੁਰੂ ਹੋ ਜਾਂਦੀ ਆ। ਤੁਹਾਡਾ ਜਨਮ ਕਿੱਥੇ ਹੋਇਆ ਜੀ? ਬਜਵਾੜਾ। ਇਹ ਬਜਵਾੜਾ ਕਿੱਥੇ ਪੈਂਦਾ ਜੀ? ਹੁਸ਼ਿਆਰਪੁਰ। ਯਾਨੀ ਤੁਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣੇ ਵਾਲੇ ਆ? ਯਾਨੀ ਹੁਸ਼ਿਆਰਪੁਰੀ ਆ। ਤੇ ਤੁਹਾਡੀ ਉਸ ਸਮੇਂ ਤਹਿਸੀਲ ਕੀ ਸੀ ਜੀ? ਤਹਿਸੀਲ ਹੁਸ਼ਿਆਰਪੁਰ। ਹੁਸ਼ਿਆਰਪੁਰ ਆਪਣੇ ਪਿੰਡ ਸੀ ਬਜਵਾੜਾ। ਬਜਵਾੜੇ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ ਉਹ ਦੱਸੋ। ਸ਼ੇਰਗੜ੍ਹ ਸੀਗਾ। ਬਜਵਾੜੇ ਦਾ ਜ਼ਿਕਰ ਹੀਰ ਵਾਰਿਸ਼ਾ 'ਚ ਵੀ ਆਇਆ। ਹਾਂ, ਬਜਵਾੜਾ ਬਹੁਤ ਫੇਮਸ। ਦਸਤਾਰ ਬਜਵਾੜਿਓ ਖੂਬ ਆਵੇ ਤੇ ਬਾਫਤਾ ਨਹੀਂ ਕਸੂਰ ਜਿਹਾ, ਯਾਨੀ ਕਿ ਬਜਵਾੜੇ ਦੀਆਂ ਦਸਤਾਰਾਂ ਉਸ ਟਾਈਮ ਵੀ ਮਸ਼ਹੂਰ ਆ। ਬਜਵਾੜੇ ਦਾ ਕਿਲਾ। ਬਜਵਾੜੇ ਵਿੱਚ ਆਪਣਾ ਘਰ ਕਿੱਥੇ ਸੀ ਜੀ? ਸਾਡੀ ਹਵੇਲੀ ਸੀ ਨਾ, ਉਹ ਬਿਲਕੁਲ ਕਿਲੇ ਜਿਹੜੇ ਸੀ ਨਾ, 3 ਕਿਲੇ ਉਹਨਾਂ ਦੇ ਸਾਹਮਣੇ ਸੀ। ਯਾਨੀ ਕਿਲਿਆਂ ਦੇ ਸਾਹਮਣੇ ਤੁਹਾਡੀ ਹਵੇਲੀ ਸੀ? ਹਾਂਜੀ। ਤੁਹਾਡੇ ਵਾਲਦ ਸਾਹਿਬ ਕੀ ਕੰਮ ਕਾਰ ਕਰਦੇ ਹੁੰਦੇ ਸੀ ਉਸ ਸਮੇਂ? ਜ਼ਿਮੀਦਾਰਾ। ਖੇਤੀਬਾੜੀ? ਹਾਂਜੀ, ਜ਼ਿਮੀਦਾਰਾ। ਤੇ ਤੁਹਾਡੇ ਬਾਪ ਹੋਣੀ ਕਿੰਨੇ ਭਾਈ ਸੀ ਜੀ? ਸੀਗੇ 5 ਭਾਈ। 5 ਭਾਈ ਸੀ? ਹਾਂਜੀ। ਤੇ ਉਹ ਬਜ਼ੁਰਗਾਂ ਦਾ ਕੀ ਨਾਮ ਸੀ ਦੱਸੋ ਜ਼ਰਾ। ਤਾਈਆਂ ਦਾ? ਹਾਂਜੀ, ਤੁਹਾਡੇ ਚਾਚੀਆਂ ਦਾ, ਤਾਇਆਂ ਦਾ। ਇੱਕ ਨਾਮ ਸੀ ਇਬਰਾਹਿਮ, ਇੱਕ ਨਾਮ ਅਜ਼ੀਜ਼ ਬੇਗਮ, ਅਜ਼ੀਜ਼ ਅਜ਼ੀਜ਼ ਮਾਮਾ, ਇੱਕ ਨਾਮ ਫੈਜ਼, ਇੱਕ ਨਾਮ ਜਾਨ ਮਾਮਾ, ਇੱਕ ਨਾਮ ਮੇਰੇ ਵਾਲਦ ਨਾਲ ਮੇਰੇ ਬਾਪ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਜੀ? ਗੁਲਾਮ ਮਾਮਾ। ਗੁਲਾਮ ਮਾਮਾ ਦੇ ਤੁਸੀਂ ਪੁੱਤਰ ਸੀ? ਹਾਂਜੀ। ਅਜਾੜਾ ਪਿਆ, ਉਸ ਤੋਂ ਪਹਿਲੇ ਤੁਹਾਡੇ ਪਿੰਡ ਵਿੱਚ ਅਮਨ ਸੀ ਜੀ? ਬਿਲਕੁਲ। ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਸੀ? ਬਿਲਕੁਲ। ਜਦੋਂ 47 ਬਣਿਆ ਨਾ ਜੀ ਜੀ, ਪਹਿਲੇ ਲੋਕ ਇਹ ਹੀ ਗੱਲ ਕਹਿੰਦੇ ਸੀ ਕਿ ਨਹੀਂ ਜਾਣਾ, ਜੇ ਅਜੇ ਜਾਣਾ ਤਾਂ ਵਾਪਸ ਆ ਜਾਣਾ।
ਸਿੱਖਾਂ ਦੇ ਪਿੰਡ ਸੀ ਸੜਕ ਚੜ੍ਹਦੇ ਬਣ ਗਏ ਅਤੇ ਉਹ ਸਿੱਖਾਂ ਦੇ ਪਿੰਡ ਸੀ ਅਤੇ ਉਹ ਸਿੱਖ ਜਿਹੜੇ ਸੀ ਨਾ ਮਤਲਬ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ ਨਾ ਉਹਨਾਂ ਪਿੰਡਾਂ ਦੇ ਵਿੱਚ ਜਥੇ ਮਾਰਦੇ ਸੀ ਜਥੇ ਮਾਰ ਕੇ ਨਾ ਮਤਲਬ ਇੱਕ ਮਤਲਬ ਘੋੜੀ 'ਤੇ ਚੜਾ ਲੈਣਾ ਘੋੜੀ 'ਤੇ ਚੜਾ ਕੇ ਅਤੇ ਉਹ ਵਾਪਸ ਜਿਹੜੇ ਜਾ ਜਾਣਾ ਨਾ ਜਿਵੇਂ ਤੇਲ ਮਿੱਟੀ ਦਾ ਉਹਦੇ ਸਸਤਾ ਮਿੱਟੀ ਦਾ ਤੇਲ ਲਿਆ ਕੇ ਨਾ ਉਹਨੇ ਪਿੰਡ ਪਿੰਡਾਂ ਕਰਦਾ ਉੱਥੇ ਸਿੱਟ ਕੇ ਜਾ ਕੇ ਲਾਈ ਕਰੀ ਲੋਕਾਂ ਨੇ ਪੱਥਰ ਫਾਗਿਆਂ ਨੇ ਮਾਰਨਾ ਉਹਨੂੰ ਕਤਲ ਕੁਤਲ ਵੀ ਕਰੀ ਜਾਂਦੇ ਸੀ ਅਤੇ ਇੱਕ ਪਿੰਡ ਸੀਗਾ ਸ਼ਾਦੂ ਦਾ ਚੱਕ ਸ਼ਾਦੂ ਦਾ ਚੱਕ ਸੀਗਾ ਉਹ ਗੁਜਰਾਂ ਦਾ ਚੱਕ ਸੀ ਉਹ ਪਿੰਡ ਸਾਰਾ ਗੁਜਰਾਂ ਦਾ ਸੀ ਉਹ ਗੁਜਰਾਂ ਦਾ ਸੀ ਅੱਛਾ ਉਹ ਤੁਹਾਡੇ ਗੁਆਂਢ ਪਿੰਡ ਸੀ ਹਾਂ ਗੁਆਂਢ ਸੀ ਚੜ੍ਹਦੇ ਚੜ੍ਹਦੇ ਬੰਨੇ ਸੀ ਅੱਛਾ ਉਹ ਜਨਾਬ ਨਾ ਪਹਿਲੇ ਜਿਹੜੇ ਉਹਨਾਂ ਨੇ ਕਿਹਾ ਮਤਲਬ ਉਹ ਚੱਕ ਨੂੰ ਮਤਲਬ ਅੱਜ ਉਹ ਰਾਤ ਨੂੰ ਮਾਰੀ ਚੱਕਦੀ ਸੀ ਉਹ ਚੱਕ ਨੂੰ ਇੱਕ ਬੰਦਾ ਉੱਥੋਂ ਮਤਲਬ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਆਇਆ ਸੀਗਾ ਯਾਨੀ ਉਸ ਪਿੰਡ ਦਾ ਬੰਦਾ ਇੱਕ ਹਾਜ਼ਰ ਸਰਵਿਸ ਫੌਜੀ ਸੀ ਫੌਜੀ ਸੀਗਾ ਉਹ ਬੰਦਾ ਛੁੱਟੀ ਲੈ ਕੇ ਆਇਆ ਤਾਂ ਆਉਂਦਾ ਆਪਣੀ ਬੰਦੂਕ ਵੀ ਨਾਲ ਹੀ ਲੈ ਆਇਆ ਬੰਦੂਕ ਮੈਨੂੰ ਨਾਲ ਉਹ ਕੋਲ ਬੰਦੂਕ ਸੀ ਇੱਥੇ ਅਤੇ ਉਹ ਜਿਹੜਾ ਉਹਨੇ ਨਾ ਮਤਲਬ ਉਹਨਾਂ ਦਾ ਕੰਮ ਇਹੋ ਸੀ ਸਿੱਖਾਂ ਦਾ ਕਿ ਹਰ ਹਰ ਰੋਜ਼ ਇੱਕ ਪਿੰਡ ਨੂੰ ਲੁੱਟਦੇ ਸੀ ਅਤੇ ਸੰਤਾਲੀ ਤੋਂ ਵੇਲੇ ਤੋਂ ਪਹਿਲੇ ਦੀ ਗੱਲ ਆ ਹਾਂਜੀ ਉਹ ਉਹਨਾਂ ਨੇ ਮੋਰਚੇ ਪੱਟ ਲਏ ਉੱਥੇ ਮੋਰਚੇ ਪੱਟ ਕੇ ਮੁਸਲਮਾਨਾਂ ਨੇ ਮੁਸਲਮਾਨਾਂ ਨੇ ਉਹ ਬੰਦੇ ਨੇ ਜਿਹੜਾ ਮਿਲਟਰੀ 'ਚ ਸੀ ਉਹਨੂੰ ਪਤਾ ਸੀ ਨਾ ਕਿ ਇੱਦਾਂ ਮੋਰਚੇ ਪੱਟੇ ਗਏ ਉਹਨੇ ਜਿੱਧਰੋਂ ਆਉਂਦੇ ਸੀ ਨਾ ਸਿੱਖ ਉਸ ਪਾਸੇ ਮੋਰਚੇ ਬਣਾਇਆ ਮੋਰਚੇ ਬਣਾ ਕੇ ਵਿੱਚ ਬਹਿ ਗਿਆ ਅਤੇ ਉਹ ਜਿਹੜਾ ਰਾਤ ਨੂੰ ਵਾਰੀ ਸੀ ਜਨਾਬ ਜੀ ਉਹ ਸਾਧੂ ਦੀ ਚੱਕ ਜੀ ਜਿਹੜੇ ਚੱਕ ਦੀ ਵਾਰੀ ਸੀ ਤਾਂ ਉਹਨੇ ਜਨਾਬ ਜੀ ਨਾ ਉਹ ਬੰਦਾ ਇੱਕ ਜਿਹੜਾ ਪਹਿਲਾਂ ਇਹ ਸਿੱਖਾਂ ਦਾ ਸੀ ਨਾ ਘੋੜੀ 'ਤੇ ਆਉਂਦਾ ਸੀ ਉਹਨੇ ਵਰਦੀ ਜਿਹੜੀ ਲੋਹੇ ਦੀ ਪਹਿਨੀ ਹੁੰਦੀ ਸੀ ਉਹਨੂੰ ਕੋਈ ਉਹ ਜ਼ਿਰਾ ਜਿਹੜੀ ਲੋਹੇ ਦੀ ਹੁੰਦੀ ਆ ਕਿ ਕੋਈ ਤਲਵਾਰ ਨਾ ਲੱਗੇ ਕੋਈ ਗੋਲੀ ਅਸਰ ਨਾ ਕਰੇ ਅਤੇ ਉਹਨੂੰ ਹੋਰ ਕਿਤੇ ਨਹੀਂ ਅਸਰ ਕਰਦੀ ਸੀ ਅਤੇ ਉਹ ਫਿਰ ਜਿਹੜਾ ਫੌਜੀ ਜਿਹੜਾ ਸੀ ਨਾ ਉਹਨੂੰ ਪਤਾ ਸੀਗਾ ਉਹ ਫੌਜੀ ਨੇ ਜਨਾਬ ਇਹਨਾਂ ਦੇ ਇਹ ਗਾਲ ਜਿਹੜਾ ਇਹ ਨੰਗਾ ਸੀ ਇੱਥੇ ਗੋਲੀ ਪਾ ਉਹ ਉਲਟ ਗਿਆ ਜੀ ਜਿਹੜੇ ਉਲਟਿਆ ਅਤੇ ਉਹ ਵਾਪਸ ਗਿਆ ਅਤੇ ਜਨਾਬ 'ਚ ਸਿੱਖ ਜਿਹੜੇ ਸੀ ਨਾ ਭੱਜਣੇ ਕੀ ਤਾਂ ਸ਼ੁਰੂ ਹੋ ਗਿਆ ਤੇਲ ਮਿੱਟੀ ਦਾ ਸਿੱਟ ਕੇ ਨਾ ਚੱਕ ਅੰਦਰ ਮਤਲਬ ਕੋਠਿਆ ਦੇ ਤੇ ਅੱਗ ਲਾਈ ਜਾਂਦਾ ਹੁੰਦਾ ਯਾਨੀ ਖੌਫੋ ਹਰਾਸ ਪਾ ਦਿੰਦੇ ਸੀ ਹਾਂ ਪਾ ਕੇ ਤੇ ਲੁੱਟਣਾ ਸ਼ੁਰੂ ਫੇਰ ਜਿਹੜੇ ਲੁੱਟਣਾ ਸ਼ੁਰੂ ਕਰ ਦਿੰਦੇ ਸੀ ਜਿਹੜਾ ਕੋਈ ਆਕੜਦਾ ਸੀ ਉਹ ਲਾ ਦਿੰਦੇ ਸੀ ਅੱਛਾ ਹਾਂਜੀ ਮਾਰ ਦਿੰਦੇ ਸੀ ਅਤੇ ਫਿਰ ਜਨਾਬ ਜਿਹੜੇ ਉਹਨੇ ਜਿਹੜਾ ਉਹ ਜਿਹੜਾ ਉਲਟਿਆ ਦੇਖਿਆ ਨਾ ਵਾਪਸ ਗਿਆ ਉਹਨੇ ਕਿਹਾ ਵੀ ਬੰਦਾ ਤਾਂ ਮਾਰ ਦਿੱਤਾ ਫਿਰ ਜਨਾਬ ਉਹ ਵਾਪਸ ਆਇਆ ਵਾਪਸ ਨਹੀਂ ਆਇਆ ਅਤੇ ਉਹ ਉੱਥੋਂ ਜਥਾ ਜਿਹੜਾ ਭੱਜ ਗਿਆ ਭੱਜ ਗਿਆ ਮੁੜ ਕੇ ਫਿਰ ਉਹ ਉਸ ਤੋਂ ਬਾਅਦ ਫਿਰ ਜਨਾਬ ਸਾਡੇ ਚੱਕ ਪਲਾਨ ਹੋ ਗਿਆ ਕਿ ਅੱਜ ਰਾਤ ਸਾਡੇ ਪੈਣਾ ਸੀ ਅਤੇ ਬਸ ਸ਼ਾਦੂ ਦੇ ਚੱਕ ਨੇ ਜਨਾਬ ਜੀ ਨੇ ਮੂੰਹ ਮੋੜ ਦਿੱਤਾ ਕਿ ਤੁਸੀਂ ਆਪਣਾ ਆਪਣਾ ਆਪ ਬਦਲੋ ਕਰੋ ਫਿਰ ਅਸੀਂ ਇਹ ਜਿਹੜਾ ਐਲਾਨ ਹੋਇਆ ਸੀ ਤੁਹਾਡੇ ਪਿੰਡ ਵਿੱਚ ਹਾਂਜੀ ਸਪੀਕਰ 'ਚ ਹੋਇਆ ਜਾਂ ਵੈਸੇ ਐਲਾਨ ਹੋਇਆ ਨਹੀਂ ਉਹ ਡੰਡੋ ਨਹੀਂ ਫੇਰ ਦਿੰਦੇ ਸੀ ਉਹ ਮਤਲਬ ਬੰਦਾ ਫੇਰ ਜਾਂਦਾ ਸੀ ਅੱਛਾ ਬੰਦਾ ਗਲੀ ਗਲੀ 'ਚ ਫਿਰਦਾ ਰਿਹਾ ਹਾਂ ਐਲਾਨ ਕੀਤਾ ਐਲਾਨ ਕੀਤਾ ਅੱਛਾ ਅਤੇ ਆਪਾਂ ਉੱਠ ਕੇ ਨਾ ਚਲੇ ਜਾਓ ਉਹ ਫਿਰ ਜਿਹੜਾ ਜਿਹੜੇ ਫਿਰ ਕਈ ਸਿੱਖ ਤਾਂ ਐਸੇ ਬਹੁਤ ਚੰਗੇ ਵੀ ਸੀਗੇ ਉਹ ਸਿੱਖਾਂ ਨੂੰ ਆਉਣਾ ਸਾਡੇ ਬੁੜੇ ਹੋਣਾ ਨੇ ਉਹਨਾਂ ਨੂੰ ਮਤਲਬ ਆਪਣੀਆਂ ਸਾਰੀਆਂ ਚੀਜ਼ਾਂ ਸੰਭਾਲ ਦਿੱਤੀਆਂ ਅੱਛਾ ਘਰ ਬਾਰ ਦਾ ਸਮਾਨ ਦੇ ਦਿੱਤਾ ਸਾਰਾ ਦਿੱਤਾ ਅੱਛਾ ਮਕਾਨ ਵੀ ਦਿੱਤੇ ਅਤੇ ਜਿਹੜੀ ਸੀ ਨਾ ਮਾਰੇ ਟੁੰਬਾ ਅਤੇ ਚਾਂਦੀ ਉਹ ਬਿਨਾਂ ਕਿਸੇ ਟੋਆ ਕੱਢ ਕੇ ਨਾ ਉੱਥੇ ਇਹਨਾਂ ਨੇ ਜਵਾਬ ਸੀ ਮੁੜੇ ਨੂੰ ਘਰੇ ਘਰੇ ਹਾਂਜੀ ਅੰਦਰ ਹੀ ਜਵਾਬ ਸੀ ਅਤੇ ਉਹ ਫਿਰ ਜਨਾਬ ਦੇ ਨਾ ਉੱਥੋਂ ਜਨਾਬ ਜੀ ਉੱਠੇ ਕੁਛ ਨਹੀਂ ਲੈ ਕੇ ਆਪਣੀਆਂ ਜਾਨਾਂ ਹੀ ਲੈ ਗਈਆਂ ਜਾਨਾਂ ਲੈ ਕੇ ਨਾ ਜਹਾਨ ਖੇਲਾ ਚਲ ਗਿਆ ਜਹਾਨ ਖੇਲਾ ਕੱਟ ਬਣਿਆ ਸੀ ਉਹ ਸਾਡੇ ਦਿਨ ਨਹੀਂ ਸੀ ਇਹ ਕੈਂਪ ਕਿੱਥੇ ਤੁਹਾਡਾ ਲੱਗਿਆ ਸੀ ਜੀ ਜਹਾਨ ਖੇਲਾ ਉੱਥੇ ਦਰਸ ਸੀਗਾ ਦਰਸ ਉਹਨਾਂ ਦਾ ਰਕਬਾ ਕਾਫੀ ਖੁੱਲ੍ਹਾ ਸੀਗਾ ਉਹ ਦਰਸ ਬਣਾਇਆ ਸੀ ਯਤੀਮ ਖਾਨ ਦੇ ਉੱਥੇ ਮੁੰਡੇ ਪੜ੍ਹਦੇ ਸੀ ਕਾਲਜ ਦੇ ਅਤੇ ਜਿੰਦੀ ਵੀ ਦੂਸਰਾ ਅਤੇ ਉਹਨਾਂ ਨੇ ਮਤਲਬ ਉੱਥੇ ਕੈਂਪ ਲਗਾ ਉੱਥੋਂ ਫਿਰ ਇਹਨਾਂ ਕੋਈ
ਤਕਰੀਬਨ 15-20 ਮਹੀਨੇ ਬਾਅਦ ਨਾ ਉੱਥੋਂ ਫਿਰ ਠਾਲਿਆ ਗਿਆ। ਉੱਥੋਂ ਠਾਲ ਕੇ ਫਿਰ ਸਾਨੂੰ ਜਨਾਬ ਜੀ ਨੇ ਕੈਂਪ ਸਾਡਾ ਜਨਾਬ ਜੀ ਹੁਸ਼ਿਆਰਪੁਰ ਆ ਕੇ ਲਗਾ। ਇਹ ਅਜਾੜੇ ਤੋਂ ਪਹਿਲੇ ਕੋਈ ਪਿੰਡ ਵਿੱਚ ਤੁਹਾਡੇ ਕੋਈ ਗੱਲਬਾਤ ਹੈ ਸੀ ਕਿ ਵੀ ਸਾਨੂੰ ਉੱਠਣਾ ਪੈਣਾ ਜਾਂ ਜਾਣਾ ਪੈਣਾ, ਪਿੰਡ ਵਿੱਚ ਕੋਈ ਗੱਲ ਸੁਣੀ ਸੀ ਕਿਸੇ ਨੇ? ਸੁਣਨੀ ਸੀ ਨਾ, ਲੋਕ ਇਹ ਕਹਿੰਦੇ ਹੁੰਦੇ ਸੀ ਕਿ ਜਾਣਾ ਤੇ ਵਾਪਸ ਆ ਜਾਣਾ। ਅੱਛਾ, ਜਾਣਾ ਉੱਠਣਾ ਹੈਗਾ ਲੇਕਿਨ ਫਿਰ ਪਿੰਡ ਵਾਪਸ ਆ ਜਾਣਾ। ਔਰ ਇਸ ਤੋਂ ਜਿਹੜਾ ਸਮਾਨ ਸੀ ਸਿੱਖਾਂ ਨੂੰ ਸੰਭਾਲਿਆ ਸੀ ਕਿ ਅਸੀਂ ਮੁੜ ਕੇ ਆ ਕੇ ਲੜਾਂਗੇ, ਉਹ ਸੱਜਣ ਬੇਲੀਆਂ ਨੂੰ ਦੇ ਦਿੱਤਾ ਕਿ ਬਸ 2-4 ਦਿਨ ਦਾ ਖੇਲ ਆ ਕਿ ਅਸੀਂ ਮੁੜ ਕੇ ਜਨਾਬ ਸਾਡਾ ਹੁਸ਼ਿਆਰਪੁਰ ਕੈਂਪ ਲੱਗਾ, ਉੱਥੋਂ ਕੈਂਪ ਚੱਲਿਆ ਤਾਂ ਜਲੰਧਰ ਆ ਗਿਆ। ਹੁਸ਼ਿਆਰਪੁਰ ਤੋਂ ਜਲੰਧਰ ਆ ਗਿਆ, ਇਹ ਕੋਈ ਯਾਦ ਹੈ ਕਿ ਤੁਹਾਡਾ ਹੁਸ਼ਿਆਰਪੁਰ ਕਿੰਨੀ ਦੇਰ ਕੈਂਪ ਰਿਹਾ? ਜਿਹੜਾ ਜਹਾਜ ਗਿਆ ਨਾ ਜੀ, ਉਹ 15-20 ਦਿਨ ਗਿਆ। 15-20 ਦਿਨ? ਅੱਛਾ, 15-20 ਦਿਨਾਂ ਦੇ ਵਿੱਚ ਉਹ ਖਾਣ ਪੀਣ ਦਾ ਸਮਾਨ ਤੁਹਾਨੂੰ ਕਿੱਥੋਂ ਮਿਲਦਾ ਸੀ? ਖਾਣ ਪੀਣ ਦਾ ਸਮਾਨ ਜਿਹੜੇ ਸਿੱਖ ਯਾਰ ਦੋਸਤ ਸੀ ਨਾ ਸਾਡੇ ਬੁੜਿਆਣਾ ਦੇ, ਉਹ ਦੇ ਕੇ ਜਾਂਦੇ। ਉਹ ਸੱਜਣ ਬੇਲੀ ਪੁਰਾਣੇ ਉਹ ਜਿਹਨਾਂ ਨੂੰ ਸਮਾਨ ਸੰਭਾਲ ਕੇ ਆਏ ਸੀ, ਉਹਨਾਂ ਨੇ ਫਿਰ ਵਫਾਦਾਰੀ ਪੂਰੀ ਕੀਤੀ ਤੁਹਾਡੇ ਨਾਲ ਸਰਦਾਰਾਂ ਨੇ? ਔਰ ਨਾਲ ਵੀ ਬਲਕਿ ਛੱਡਣ ਵੀ ਆਏ ਉੱਥੇ ਜਾਣ ਕੇ, ਉੱਥੇ ਜਿਹੜਾ ਹੁਸ਼ਿਆਰਪੁਰ ਤੋਂ ਜਲੰਧਰ ਜਲੰਧਰ ਆ ਗਿਆ, ਜਲੰਧਰ ਰਹਿ ਬਿਨਾ 3-4 ਦਿਨ ਉੱਥੇ ਨਾ ਕਤਲੋ ਗਰਦ ਬੜੀ ਗੋਰੇ ਜਿਹੜੇ ਸੀ ਨਾ, ਗੋਰੇ ਬੜੀ ਰਖਵਾਲੀ ਕਰਦੇ ਸੀ, ਔਰ ਉਹਨਾਂ ਨੇ ਪਹਿਲੇ ਐਲਾਨ ਕਰ ਦਿੰਦੇ ਹੁੰਦੇ ਸੀ ਕਿ ਲੈ ਵੀ ਛੱਡ ਗਏ ਨਾ, ਜਿਹੜੇ ਕਾਫਲਾ ਚੱਲਦਾ ਹੋਵੇ ਨਜ਼ਦੀਕ ਨਹੀਂ ਆਉਣਾ ਕਿਸੇ ਨੂੰ। ਉਹ ਕਹਿੰਦੇ ਸੀ ਵੀ ਜਿਹੜੇ ਦੂਸਰੇ ਬੰਦੇ ਸਾਈਡਾਂ ਤੇ ਖੜੇ ਆ ਉਹ ਕਾਫਲੇ ਨੂੰ ਟੱਚ ਨਾ ਕਰਨ, ਇਹਨਾਂ ਦੇ ਨੇੜੇ ਨਾ ਆਵੇ। ਹਾਂ, ਤੇ ਉਹ ਜਿਹੜਾ ਕੋਈ ਜ਼ਿਆਦਾ ਬਦਮਾਸ਼ੀ ਕਰਦਾ ਸੀ ਨਾ ਉਹਨੂੰ ਚੱਕ ਦਿੰਦੇ ਸੀ, ਸ਼ੂਟ ਕਰ ਦਿੰਦੇ ਸੀ, ਮਾਰ ਦਿੰਦੇ ਸੀ ਗੋਰੇ। ਜਲੰਧਰੋਂ ਫਿਰ ਜਿਹੜਾ ਵੀ ਨਾ ਟਰੱਕ ਲੱਗੇ ਹੋਏ ਸੀ ਪਾਕਿਸਤਾਨ ਮਿਲਟਰੀ ਦੇ ਸੀ ਟਰੱਕ। ਹਾਂ, ਉਹ ਟਰੱਕ ਜਿਹੜੇ ਨਾ ਮਿਲਟਰੀ ਦੇ, ਉਹ ਫਿਰ ਸੀ ਜਿਹੜਾ ਜਿਹੜਾ ਬੰਦੇ ਬੈਠੇ ਬੰਦੇ ਉਹਨਾਂ ਲੈ ਕੇ ਜਲੰਧਰ ਵਿੱਚ ਕੋਈ ਖਾਣ ਪੀਣ ਦਾ ਇੰਤਜ਼ਾਮ ਕਿਧਰੋਂ ਆਇਆ? ਉਹ ਮਤਲਬ ਖਾਣ ਪੀਣ ਦਾ ਲੈ ਲੈਂਦੇ ਸੀ ਨਾ। ਅੱਛਾ ਅੱਛਾ, ਉਹ ਪੁਰਾਣੇ ਸੱਜਣ ਬੇਲੀ ਕੁਝ ਜ਼ਿਆਦਾ ਦੇ ਗਏ ਸੀ ਤੁਹਾਨੂੰ, ਉਹ ਫਿਰ ਉਹ ਤੇ ਗੁਜ਼ਾਰਾ ਕਰਦੇ ਰਹੇ। ਜਲੰਧਰ ਜਦੋਂ ਚੱਲੇ ਨਾ ਟਰੱਕਾਂ ਦੇ ਵਿੱਚ ਜਲਾ ਕੇ ਆ ਕੇ ਨਾ ਮੁੜ ਕੇ ਫਿਰ ਸਾਨੂੰ ਆ ਕੇ ਨਾ ਇੱਥੇ ਲਾਹੌਰ ਛੱਡਿਆ। ਲਾਹੌਰ ਇੱਕ ਮਤਲਬ ਮੈਨੂੰ ਤੁਹਾਨੂੰ ਨਾਮ ਨਹੀਂ ਯਾਦ, ਇੱਕ ਬਾਰਡਰ ਸਕੂਲ ਸੀਗਾ ਉਹਦੇ ਵਿੱਚ ਆ ਕੇ ਛੱਡਿਆ। ਬਾਰਡਰ ਸਕੂਲ? ਹਾਂਜੀ। ਅੱਛਾ, ਬਹੁਤ ਖੁੱਲ੍ਹਾ ਸਕੂਲ ਸੀਗਾ, ਉਹਦੇ ਵਿੱਚ ਆ ਕੇ ਨਾ ਬੰਦੇ ਉੱਥੋਂ ਫਿਰ ਜਿਹੜਾ ਆ ਕੇ ਹੋਇਆ ਅਤੇ ਜਿਹੜੀ ਜਿਹੜੇ ਜਿੱਥੇ ਵੀ ਕੋਈ ਰਿਸ਼ਤੇਦਾਰ ਆ ਜਿੱਥੇ ਜਾਣਾ ਪਹਿਲਾਂ ਜਾ। ਤੁਸੀਂ ਫਿਰ ਲਾਹੌਰ ਕਿੰਨੇ ਦਿਨ ਰਹੇ ਜੀ ਕੈਂਪਾਂ ਵਿੱਚ? ਲਾਹੌਰ ਤੋਂ 5-7 ਦਿਨ, ਉਸ ਤੋਂ ਬਾਅਦ ਜਿਹੜਾ ਜੀ ਨਾ ਮੇਰਾ ਚਾਚਾ ਜਿਹੜਾ ਸੀ ਨਾ ਚਾਚਾ ਜੀ ਜੀ ਸਾਹਿਬਾ ਮਿੱਟ ਕੁਮਰੀ, ਹਾਂਜੀ ਸਾਹਿਬਾ ਜਿਮੀਦਾਰ, ਕਿਹੜਾ ਪਿੰਡ ਸੀ ਉਹਨਾਂ ਦਾ? 99 6-4 99 6-4 ਨਹਿਰੋਂ ਪਾਰ, ਠੀਕ ਆ, ਸੱਜੇ ਪਾਸੇ ਨਹਿਰ ਦੇ। ਫਿਰ ਤੁਹਾਨੂੰ ਉਹਨਾਂ ਨੇ ਤੁਹਾਡੇ ਚਾਚੇ ਨੇ ਤੁਹਾਨੂੰ ਸੰਭਾਲਿਆ। ਹਾਂ, ਫਿਰ ਤੁਸੀਂ ਕਿੰਨੀ ਦੇਰ 99 ਰਹੇ ਜੀ ਉੱਥੇ? ਤਾਂ 5-6 ਮਹੀਨੇ ਕਬਜ਼ੇ ਹੋ ਗਏ ਬਣੇ ਨਾ ਗੋਲੀਆਂ ਗੋਲੀਆਂ ਦੇ ਉਹਦੇ ਕਰਕੇ ਨਾ 286 ਚੱਕ ਹੈਗਾ ਜੀ, 286 ਚੱਕ ਨਾ ਉੱਥੇ ਪਵਾ ਰਹਿੰਦੀ ਸੀ ਪਵਾ ਸਾਹਿਬ, ਉਹ ਪਵਾ ਜਿਹੜਾ ਆਦਮੀ ਸੀ ਨਾ ਉਹ ਬੰਦਾ ਪਿੱਛੇ ਕਚਹਿਰੀਆਂ 'ਚ ਮੁਲਾਜ਼ਮ ਸੀ ਚੜ੍ਹਦੇ ਪੰਜਾਬ ਵਿੱਚ। ਹਾਂਜੀ, ਉਹ ਪਹਿਲੇ ਇੱਧਰ ਆ ਗਿਆ ਸੀ, ਰੋਲੀ ਤੋਂ ਪਹਿਲੀ ਆ ਗਿਆ, ਉਹਨੇ ਫਿਰ ਜਨਾਬ ਜੀ ਨੇ ਸਾਨੂੰ ਉਹਨਾਂ ਕੋਲ ਰਿਹਾਇਸ਼ ਕੀਤੀ ਅਤੇ ਉੱਥੇ ਉਹਨਾਂ ਨੇ ਮਕਾਨ ਵੀ ਛੱਡ ਦਿੱਤਾ ਅਤੇ ਬਾਕੀ ਨਾ ਜ਼ਮੀਨ ਵੀ ਅਲਾਟ ਕਰਕੇ ਦਿੱਤੀ। ਉਹ ਜ਼ਮੀਨ ਜਿਹੜੀ ਸੀ ਨਾ ਉਹ ਜਿਹੜੀ ਗੋਲੀਆਂ ਅੱਗੇ ਇੱਕ ਸਟੇਸ਼ਨ ਹੀ ਆਉਂਦੀ ਹੈ ਸਟੇਸ਼ਨ, ਹਾਂਜੀ ਇੱਧਰੋਂ ਟੋਭੇ ਵਾਲੀ ਸ਼ਹਿਰ ਜੀ, ਅਤੇ ਉਹ ਸਟੇਸ਼ਨ ਦੇ ਨਾਲ ਹੀ ਮਤਲਬ ਉਸ ਚੱਕ ਤੋਂ ਤਕਰੀਬਨ 2 ਮੀਟਰ ਸਫ਼ਰ ਸੀ ਜਿੱਥੇ ਸਾਨੂੰ ਉਹ ਜ਼ਮੀਨ ਲਾ ਕੇ ਰਹਿਣਾ ਸੀ ਜੀ ਪਾਸੇ, ਠੀਕ ਆ। ਉਸ ਤੋਂ ਬਾਅਦ ਫਿਰ ਜਿਹੜਾ
ਉੱਥੇ ਵੀ ਕੰਮ ਸੂਰਤ ਨਹੀਂ ਆਇਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਡਾ ਨਾ ਇੱਥੇ ਸਾਡੇ ਪੂਰੇ ਉਹਨਾਂ ਦਾ ਭਾਣ ਜਾ ਰਹਿੰਦਾ ਸੀ। ਕਿਹੜੀ ਜਗ੍ਹਾ? 365 ਤੁਹਾਡੇ ਵਾਲਦ ਸਾਹਿਬ ਦਾ ਭਾਣਜਾ? ਕੀ ਨਾਮ ਸੀ ਉਹਦਾ ਬਜ਼ੁਰਗ ਦਾ? ਬਸ਼ੀਰ ਅਹਿਮਦ। ਉਹਨਾਂ ਦੀ ਜ਼ਮੀਨ ਜਿਹੜੀ ਆ ਆਹਨਾ ਉਹ ਪਹਿਲੇ ਇੱਥੇ ਰਹਿ ਗਿਆ ਸੀ, 347 ਤੋਂ ਪਹਿਲੇ ਇੱਥੇ ਰਹਿ ਗਿਆ ਸੀ। ਠੀਕ ਆ, ਉਹ ਨੀਲੀ ਬਾਰ ਵਿੱਚ ਪਹਿਲੇ ਆ ਗਿਆ ਸੀ। ਇਹ ਜੀ ਰਸਤੇ ਜਦੋਂ ਤੁਸੀਂ ਬਜਵਾੜੇ ਤੋਂ ਚੱਲੇ ਆ ਇੱਥੇ ਪਾਕਿਸਤਾਨ ਪਹੁੰਚੇ ਆ, ਰਸਤੇ ਦੇ ਵਿੱਚ ਕੋਈ ਤੁਹਾਡੇ ਅੱਖਾਂ ਦੇ ਸਾਹਮਣੇ ਕੋਈ ਜਾਨਾਂ ਜ਼ਾਇਆ ਹੋਈਆਂ? ਜਲੰਧਰ ਆ ਕੇ ਰਹੇ ਨਾ ਜੀ, ਉੱਥੇ ਜਨਾਬ ਜੀ ਨਾ ਮਤਲਬ ਕਿਸੇ ਦੀ ਬਾਂਹ ਕੱਟੀ ਹੁੰਦੀ ਸੀ ਬੁੜੀ ਦੀ, ਅਤੇ ਕਿਸੇ ਦੀ ਜਨਾਬ ਜੀ ਹੱਥ ਕੱਟਿਆ ਹੁੰਦਾ ਸੀ, ਕਿਸੇ ਦੀ ਲੱਤ ਕੱਟੀ ਹੁੰਦੀ। ਉੱਥੇ ਕੋਈ ਇੱਜ਼ਤਾਂ ਨੂੰ ਹੱਥ ਵੀ ਪਾਇਆ ਗੈਰ ਬੰਦਿਆਂ ਨੇ ਔਰਤਾਂ ਦੇ, ਮੁਸਲਮਾਨਾਂ ਕੁੜੀਆਂ ਦੇ ਉੱਪਰ? ਉੱਥੇ ਜਿਹੜਾ ਜਿਨ੍ਹਾਂ ਨੇ ਹੱਥ ਕੱਢਿਆ ਜੋ ਬਾਂਹ ਹੋਣੀ ਉਹ ਹੱਥ ਪਾਇਆ ਹੀ ਹੋਊਗਾ। ਅੱਛਾ ਅੱਛਾ ਅੱਛਾ, ਯਾਨੀ ਉਹ ਫਿਰ ਕੁੜੀਆਂ ਵਿਚਾਰੀਆਂ ਨੇ ਆਪਣੀ ਜਾਨ ਛਡਾਉਣ ਵਾਸਤੇ ਆਪਣੇ ਜਿਸਮ ਦੇ ਹਿੱਸੇ ਉਦੋਂ ਕੁਰਬਾਨ ਕੀਤੇ, ਏਦਾਂ ਹੀ ਹੈ ਜੀ। ਬਾਬਾ ਜੀ ਆਪਾਂ ਨੂੰ ਪੈਂਦਾ ਸੀ ਬਜਵਾੜਾ ਸ਼ਹਿਰ ਨੇੜੇ, ਬਜਵਾੜੇ ਤੋਂ ਇਲਾਵਾ ਤੁਸੀਂ ਖਰੀਦਦਾਰੀ ਕਿੱਥੇ ਕਰਨ ਜਾਂਦੇ ਹੁੰਦੇ ਸੀ? ਹੁਸ਼ਿਆਰਪੁਰ ਹੁੰਦਾ ਸੀ ਸਰ। ਤਕਰੀਬਨ ਤੁਹਾਡੇ ਤੋਂ ਬਜਵਾੜਾ ਜਿਹੜਾ ਸੀ ਪਿੰਡ ਤੁਹਾਡਾ, ਉਹ ਸਾਰਾ ਪਿੰਡ ਕੱਚਾ ਹੈ ਹੀ ਕੋਈ? ਆਪਣਾ ਘਰ ਵੀ ਕੱਚਾ ਸੀ ਜਾਂ ਪੱਕਾ? ਪੱਕਾ ਪੱਕਾ। ਤੇ ਆਪਣੇ ਪਿੰਡ 'ਚ ਮਸਜਿਦ ਹੈ ਸੀ? ਦੁਕਾਨਦਾਰ ਸੀ ਲੋਕ, ਉਹ ਕੌਣ ਸੀ? ਦੁਕਾਨਾਂ ਕੌਣ ਕਰਦੇ ਸੀ? ਦੁਕਾਨ ਹਿੰਦੂ ਕਰਦੇ, ਮੁਸਲਮਾਨ ਵੀ ਕਰਦੇ। ਦਾਣਾ ਮੰਡੀ ਕਿੱਥੇ ਜਾਂਦੇ ਹੁੰਦੇ ਸੀ ਮਾਲ ਲੈ ਕੇ? ਮਾਲ ਪਿੰਡ 'ਚ ਵਿਕਦਾ ਸੀ, ਬਿਜਵਾੜੇ 'ਚ। ਅੱਛਾ, ਇੱਥੇ ਵਿਕ ਜਾਂਦਾ ਸੀ? ਹਾਂ। ਤੇ ਤੁਸੀਂ ਦੱਸਦੇ ਕਿ ਮੇਰਾ ਭਰਾ ਇੱਕ ਬੜਾ ਜਿਹੜਾ ਖੁਸ਼ੀ ਮੁਹੰਮਦ, ਖੁਸ਼ੀ ਮੁਹੰਮਦ, ਉਹ ਹੁਸ਼ਿਆਰਪੁਰ ਕੀ ਕਰਨ ਜਾਂਦਾ ਹੁੰਦਾ ਸੀ? ਟਾਂਗਾ ਚਲਾਉਂਦਾ ਸੀ, ਟਾਂਗਾ ਸਵਾਰੀਆਂ ਲੈ ਕੇ ਜਾਂਦਾ। ਘੋੜਾ ਰੱਖਿਆ ਸੀ ਜੀ? ਘੋੜਾ ਰੱਖਿਆ। ਬਜਵਾੜੇ ਦਾ ਉਸ ਸਮੇਂ ਦਾ ਹੁਸ਼ਿਆਰਪੁਰ ਦਾ ਕਿਰਾਇਆ ਕਿੰਨਾ ਸੀ, ਕੋਈ ਯਾਦ ਆ ਜੀ? ਉਹਦਾ 94 ਹੁੰਦੀ ਸੀ। ਬਜਵਾੜੇ ਹੁਸ਼ਿਆਰਪੁਰ ਕਿੰਨੇ ਮੀਲ ਸੀ? 2.5 ਮੀਲ। ਤੇ ਤੁਸੀਂ ਕਿਹਾ ਹੁਸ਼ਿਆਰਪੁਰ ਵੇਖਿਆ ਜੀ? ਹਾਂ। ਅੱਛਾ, ਤੁਹਾਡੇ ਬਾਪ ਦੀ ਸ਼ਾਦੀ ਵੀ ਬਜਵਾੜੇ ਹੀ ਹੋਈ ਸੀ? ਬਜਵਾੜੇ। ਤੇ ਤੁਹਾਡੇ ਨਾਨਕੇ ਕੀ ਕਰਦੇ ਹੁੰਦੇ ਸੀ ਜੀ? ਉਹ ਜ਼ਿਮੀਂਦਾਰ। ਅੱਛਾ, ਉਹ ਵੀ ਜ਼ਿਮੀਂਦਾਰੀ ਕਰਦੇ ਸੀ। ਪਾਕਿਸਤਾਨ ਬਣ ਗਿਆ, ਤੁਸੀਂ ਫਿਰ ਕਦੀ ਬਜਵਾੜਾ ਵੇਖਣ ਗਏ? ਨਹੀਂ, ਬਜਵਾੜਾ ਮੁੜ ਕੇ ਕਿਹਨੇ ਦੇਖਣਾ। ਨਹੀਂ ਵੇਖਿਆ ਆਪਣਾ ਪਿੰਡ ਜੀ? ਨਹੀਂ। ਤੇ ਹੁਣ ਦਿਲ ਕਰਦਾ ਜੀ? ਹੁਣ ਕਰਦਾ ਅੱਛਾ ਕਿ ਸਿਹਤ ਗਿਰੀ ਹੋਈ ਆ। ਲੇਕਿਨ ਇਸ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਪੁੱਤਰ ਦਿਲ ਕਰਦਾ ਠੀਕ ਆ ਦੇਸ਼ ਵੇਖਣ ਨੂੰ? ਬਿਲਕੁਲ, ਦੇਸ਼ ਜਿਹੜਾ ਸੀ ਨਾ ਉਹ ਬੜਾ ਬਹੁਤ ਚੰਗਾ ਸੀ। ਮੁਹੱਬਤ ਇੱਥੇ ਜ਼ਿਆਦਾ ਜਾਂ ਉੱਥੇ ਜ਼ਿਆਦਾ? ਉੱਥੇ ਮੁਹੱਬਤ ਬਹੁਤ ਸੀ, ਇੱਥੇ ਵੀ ਬੜੀ ਸੀ ਰਹੀ ਆ ਪਹਿਲੇ ਪਹਿਲੇ। ਇਹ ਕੀ ਫਿਰ ਮੁਹੱਬਤ ਬਦਲ ਗਈ ਜਾਂ ਕੀ ਹੋਇਆ ਜਾਂ ਬੰਦੇ ਬਦਲ ਗਏ, ਇਹ ਦੱਸੋ। ਬੰਦੇ ਬਦਲ ਗਏ, ਹੁਣ ਨਵਾਂ ਪਹੁੰਚ ਆ ਗਿਆ ਜਿਹੜਾ ਸਿਆਣਾ ਆਦਮੀ ਨੂੰ ਚੱਕਿਆ ਐਵੇਂ ਭਾਉਂਦਾ। ਮਤਲਬ ਬੱਚੇ ਜਿਹੜੇ ਸਿਆਣਿਆਂ ਦੀ ਇੱਜ਼ਤ ਨਹੀਂ ਕਰਦੇ? ਤੁਹਾਡੇ ਦੇਰ ਦੌਰ ਵਿੱਚ ਸਿਆਣਿਆਂ ਦੀ ਇੱਜ਼ਤ ਹੁੰਦੀ ਸੀ, ਇਹ ਦੱਸੋ। ਬਹੁਤ ਜ਼ਿਆਦਾ, ਸਾਡੇ ਕੋਲੋਂ ਮਾਸਟਰ ਜਿਹੜਾ ਨਹੀਂ ਮਾਸਟਰ, ਹਾਂਜੀ ਮੈਂ ਪੜ੍ਹਦਾ ਰਿਹਾ, ਮਾਸਟਰ ਆਉਂਦਾ ਹੋਣਾ ਤਾਂ ਅਸੀਂ ਉਹ ਗਲੀ ਮਿਲੇ ਨੇ ਇੰਨੀ ਇੱਜ਼ਤ। ਤੁਸੀਂ ਬਜਵਾੜੇ ਪੜ੍ਹਨ ਜਾਂਦੇ ਰਹੇ? ਨਹੀਂ। ਅੱਛਾ, ਇੱਧਰ ਆ ਕੇ ਪੜ੍ਹੇ? ਕਾਸ਼ੀ। ਇੱਧਰ ਪੜ੍ਹੇ ਆ? ਕਿਹੜੇ ਪਿੰਡ 'ਚ ਪੜ੍ਹੇ? ਕਾਸ਼ੀ 185। 185 EB? ਤੁਹਾਡੇ ਜਿਹੜੇ ਬੜੇ ਭਾਈ ਸੀ ਖੁਸ਼ੀ ਮੁਹੰਮਦ, ਉਹ ਪੜ੍ਹੇ ਹੋਏ ਸੀ ਬਜਵਾੜੇ? ਪੜ੍ਹੇ ਹਾਂ ਬਜਵਾੜੇ, 4-5। ਆਪਣੇ ਕੋਈ ਬਜ਼ੁਰਗ ਉੱਥੇ ਕੋਈ ਮੁਲਾਜ਼ਮਤ ਵੀ ਕਰਦਾ ਸੀ ਜੀ? ਮੇਰਾ ਚਾਚਾ ਕਰਦਾ ਸੀ ਫੌਜ ਦੇ ਵਿੱਚ। ਕਿਹੜੀ ਜਗ੍ਹਾ ਨੌਕਰੀ ਕਰਦਾ ਸੀ? ਕੋਟੇ। ਕੋਟੇ? ਹਾਂ। ਇੱਧਰ ਪਾਕਿਸਤਾਨ ਵਿੱਚ? ਹਾਂ। ਉਦੋਂ? ਹਾਂ। ਤੇ ਤੁਹਾਨੂੰ ਤੁਹਾਡੇ ਚਾਚੇ ਕੋਲੋਂ ਪਤਾ ਲੱਗਿਆ ਕਿ ਵੀ ਪਾਕਿਸਤਾਨ ਬਣਿਆ ਜਾਂ ਨਹੀਂ? ਹੁਣ ਦੱਸਿਆ ਉਹਨਾਂ ਨੇ ਪਾਕਿਸਤਾਨ ਬਣ ਗਿਆ, ਤੁਸੀਂ ਆ ਜਾਓ। ਚਾਚਾ ਨਹੀਂ ਤੁਹਾਡਾ ਹਜੇ ਉੱਧਰ ਗਿਆ ਸੀ? ਨਹੀਂ। ਇਹ ਡਿਊਟੀ ਇੱਧਰ ਕਰਦਾ ਸੀ? ਇੱਧਰ। ਤੁਹਾਨੂੰ ਫਿਰ ਚਿੱਠੀ ਗਈ ਜਾਂ ਕੀ ਗਿਆ, ਕਿਵੇਂ ਇਤਲਾਹ ਹੋਈ? ਚਿੱਠੀ ਜਾਂਦੀ ਹੁੰਦੀ ਸੀ, ਉਹ ਫੋਨ ਫਾਨ ਗਿਆ ਹੋਈ ਗਿਆ ਤਾਰ। ਹਾਂ। ਅੱਛਾ, ਤਾਰ ਗਈ? ਹਾਂ।
ਤੇ ਦੂਸਰੇ ਇੱਕ ਹੋਰ ਚੀਜ਼ ਹੈ ਨਾ ਜਿਹੜੇ ਸੀ ਨਾ ਮਤਲਬ ਫੌਜ ਦੇ ਵਿੱਚ ਇੱਕ ਸਾਡੇ ਪਿੰਡ ਦਾ ਫੌਜੀ ਸੀਗਾ ਬਰੋਗੇ ਸੀਗਾ ਬਰਗੇਡੀਅਰ ਸੀਗਾ ਵੱਡਾ ਬਹੁਤ ਵੱਡਾ ਅਫਸਰ ਸੀ ਕੀ ਨਾਮ ਸੀ ਉਹਦਾ ਅਰਸ਼ਾਦ ਸੀ ਉਹਦਾ ਨਾਮ ਠੀਕ ਆ ਅਤੇ ਉਹਨੂੰ ਨਾ ਗੌਰਮੈਂਟ ਨੇ ਵਾਈਟ ਟਰੱਕ ਦਿੱਤੇ ਵਿਹਲੇ ਫੌਜੀ ਅੱਛਾ ਅਤੇ ਜਾਂ ਆਪਣੇ ਜਿੰਨੇ ਬੰਦੇ ਨਾ ਪਿੰਡ ਦੇ ਤੇਰੇ ਚੜੇ ਬੰਦੇ ਉਹ ਲਾ ਲਾ ਦੇ ਅਤੇ ਉਹ ਲੈ ਕੇ ਗਿਆ ਨਾ ਟਰੱਕ ਵਿਹਲੇ ਲੈ ਕੇ ਆ ਗਿਆ ਬੰਦਾ ਕੋਈ ਨਹੀਂ ਬਾਹਰ ਫਿਰ ਉਹ ਕੀ ਵਜ੍ਹਾ ਕਿਉਂ ਨਹੀਂ ਬੰਦੇ ਕਿਉਂ ਨਹੀਂ ਬੈਠੇ ਉਹਨਾਂ ਦਾ ਆਪਣਾ ਬੰਦਾ ਹੈ ਕੋਈ ਨਹੀਂ ਸ਼ੁਕਰ ਉਹ ਪਹਿਲੇ ਆ ਗਏ ਅੱਛਾ ਬਕਾਇਆ ਬੰਦੇ ਬੈਠੇ ਕੋਈ ਨਹੀਂ ਉਹਨਾਂ ਨਾਲ ਮਿਲਟਰੀ ਦੇ ਟਰੱਕ ਖਾਲੀ ਆਏ ਵਾਪਸ ਵਾਪਸ ਬਾਬਾ ਜੀ ਸਮਾਂ ਬੜਾ ਲੰਘ ਗਿਆ ਅਗਰ ਹੁਣ ਤੁਹਾਨੂੰ ਉਹ ਤੁਹਾਡਾ ਘਰ ਉਸੇ ਹਾਲਤ 'ਚ ਦਿਖਾਇਆ ਜਾਵੇ ਤੁਸੀਂ ਪਛਾਣ ਲਉਂਗੇ ਬਿਲਕੁਲ ਜ਼ਰਾ ਥੋੜ੍ਹਾ ਜਿਹਾ ਨਕਸ਼ਾ ਦੱਸੋ ਘਰ ਦਾ ਕਿੱਦਾਂ ਦਾ ਸੀ ਸਕੂਲ ਸੀ ਨਾ ਸਕੂਲ ਹਾਂਜੀ ਉਹ ਸਕੂਲ ਤੋਂ ਨਾ ਮਤਲਬ ਸੁਲਮ ਜਾਂਦਾ ਸੀ ਸਾਡੀ ਹਵੇਲੀ ਹਵੇਲੀ ਨੂੰ ਸੁਲਮ ਜਾਂਦਾ ਸੀ ਜ਼ਿਆਦਾਤਰ ਹਵੇਲੀ 'ਚ ਹੀ ਰਹਿੰਦੇ ਸੀਗੇ ਅਤੇ ਉਹ ਹਵੇਲੀ ਜਿਹੜੀ ਸੀ ਨਾ ਉੱਥੇ ਮਾਲ ਪਸ਼ੂ ਉੱਥੇ ਹੁੰਦਾ ਸੀ ਅਤੇ ਨਾਲ ਇੱਧਰ ਚਿਮਿਆਰਾਂ ਦੇ ਘਰ ਹੁੰਦੇ ਸੀਗੇ ਉਸ ਗਲੀ ਦੇ ਵਿੱਚ ਜਿਹੜੀ ਸਾਡੀ ਹਵੇਲੀ ਸੀ ਨਾ ਉਹਦੇ ਨਾਲ ਹੀ ਹਵੇਲੀ ਅਤੇ ਨਾਲ ਚਿਮਿਆਰਾਂ ਦੇ ਘਰ ਆਪਸ ਵਿੱਚ ਸ਼ਾਦੀ ਵਿਆਹਾਂ 'ਤੇ ਵੀ ਲੋਕ ਜਾਂਦੇ ਹੁੰਦੇ ਸੀ ਬਹੁਤ ਤੁਸੀਂ ਇੱਧਰ ਆ ਗਏ ਕੋਈ ਤੁਹਾਡਾ ਰਾਬਤਾ ਜਾਂ ਉਹਨਾਂ ਦਾ ਤੁਹਾਡੇ ਨਾਲ ਕੋਈ ਰਾਬਤਾ ਹੋਇਆ ਆਪਣੇ ਪਿੰਡ ਉਹ ਜਿਹੜੇ ਸਿੱਖ ਰਹਿੰਦੇ ਸੀ ਤੁਹਾਡੇ ਨਾਲ ਜਾਂ ਹਿੰਦੂ ਨਹੀਂ ਕੋਈ ਹੁਣ ਕੀ ਵਜ੍ਹਾ ਬਣੀ ਖਾਹਿਸ਼ ਕਿਉਂ ਪੈਦਾ ਹੋਈ 76 ਸਾਲ ਬਾਅਦ ਉਹ ਹੈ ਬਹੁਤ ਠੀਕ ਠਾਕ ਸੀ ਬਹੁਤ ਸਾਡਾ ਇਲਾਕੇ ਬਹੁਤ ਵਧੀਆ ਸੀਗਾ ਉੱਥੇ ਗਰਮੀ ਤਾਂ ਹੈ ਹੀ ਨਹੀਂ ਪਰ ਫਸਲਾਂ ਜਿਹੜੀਆਂ ਬਾਰਿਸ਼ ਹੀ ਹੋ ਗਈ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ ਸੀ ਉਦੋਂ ਕਣਕ ਚਨੇ ਮੱਕੀ ਜੋਡੇ ਆਪਣਾ ਵੀ ਖੂਹ ਹੈਗਾ ਸੀ ਹਾਂ ਲਾਲ ਅੱਜ ਦੀ ਸਾਡੀ ਗੱਲਬਾਤ ਜਿਹੜੀ ਸੀ ਰਸ਼ੀਦ ਬਜਵਾੜੀਏ ਨਾਲ ਸੀ 47 ਦਾ ਵੇਲਾ ਵੀ ਦੇਖਿਆ ਅਤੇ ਇਹ ਆਖਦੇ ਕਿ ਪੁੱਤਰ ਜ਼ਿੰਦਗੀ ਦੇ ਇਸ ਉਮਰ ਦੇ ਵਿੱਚ ਵੀ ਦਿਲ ਕਰਦਾ ਕਿ ਮੈਂ ਆਪਣਾ ਉਹ ਪਿੰਡ ਮੈਂ ਆਪਣਾ ਸ਼ਹਿਰ ਫਿਰ ਵੇਖਾਂ ਜਿਹੜਾ ਕਿਲ੍ਹੇ ਦੇ ਸਾਹਮਣੇ ਸਾਡੀ ਹਵੇਲੀ ਸੀ ਸਕੂਲ ਵੀ ਉੱਥੇ ਉੱਥੇ ਅਸੀਂ ਆਸ ਵੀ ਰੱਖਦੇ ਹਾਂ ਕਿ ਜੇ 47 ਦੇ ਵੇਲੇ ਤੋਂ ਪਹਿਲੇ ਮੁਹੱਬਤ ਪਿਆਰ ਉਸੇ ਤਰ੍ਹਾਂ ਹੀ ਜਿਵੇਂ ਉਦੋਂ ਸੀ ਸਾਡਾ ਹੁਣ ਫਿਰ ਪੰਜਾਬੀਆਂ ਦਾ ਉਸੇ ਤਰ੍ਹਾਂ ਹੀ ਰਹੇ ਇਸ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਇਜਾਜ਼ਤ ਮੰਗਦਾ ਰੱਬ ਰਾਖਾ